ਮੁੱਖ ਮੰਤਰੀ ਚਾਹਵੇ ਵੱਡਾ ਸਕੂਲ ਬਣਾ ਸਕਦਾ ਕਿ ਨਹੀਂ ਬਣਾ ਸਕਦਾ? ਉਹ ਕਿਉਂ ਨਹੀਂ ਬਣਾਉਂਦਾ? ਜੇ ਤੁਹਾਡੇ ਜਵਾਕ ਪੜ੍ਹ ਗਏ, ਸੁਣ ਲਾ ਸਰਦਾਰ ਸਾਹਿਬ, ਜੇ ਤੁਹਾਡੇ ਜਵਾਕ ਪੜ੍ਹ ਗਏ ਨਾ, ਉਹਨਾਂ ਨੂੰ ਅਕਲ ਆ ਜੂ, ਤੇ ਜੇ ਅਕਲ ਆ ਗਈ ਫਿਰ ਸਾਨੂੰ ਵੋਟਾਂ ਨਹੀਂ ਪਾਉਣੀਆਂ। ਕਰ ਰਿਹਾ ਸੀਗਾ ਕਿ ਜਲਾਲਾਬਾਦ 'ਚ ਕਾਫੀ ਦਿਨਾਂ ਤੋਂ ਘੁੰਮ ਰਿਹਾ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਹੈ, ਔਰ ਮੈਂ ਸੋਚਦਾ ਸੀ ਬੜੀ ਤਰੱਕੀ ਕਰਾਈ ਹੋਣੀ ਹੈ ਕਿਉਂਕਿ ਲੋਕਾਂ ਨੇ ਬੜੀਆਂ ਵੋਟਾਂ ਪਾਈਆਂ ਇੱਥੋਂ ਦੇ ਲੋਕਾਂ ਨੇ। ਅਤੇ ਜਦੋਂ ਮੈਂ ਪਿੰਡਾਂ 'ਚ ਗਿਆ, ਮੈਂ ਦੇਖਿਆ ਕਿ ਜਿਹੜੇ ਸਕੂਲ ਹੈ, ਮੈਂ ਲੋਕਾਂ ਨੂੰ ਪੁੱਛਿਆ, 200 ਤੋਂ ਵੱਧ ਪਿੰਡ ਹੈ ਇੱਥੇ ਸਕੂਲ, 100 ਤੋਂ ਉੱਪਰ ਸਕੂਲ ਹੋਣਾ ਜਿਹੜਾ ਪੰਜਵੀਂ ਦਾ ਸਕੂਲ ਹੈ। ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਉਹਨੂੰ 10ਵੀਂ ਦਾ, 8ਵੀਂ ਦਾ ਉਹਨੂੰ ਵਧਾਇਆ ਨਹੀਂ। ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਦੇ ਮੈਂਬਰਾਂ ਵੱਲੋਂ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਤੇ ਉਹ ਜਨ ਸਭਾਵਾਂ ਨੂੰ ਸੰਬੋਧਿਤ ਕਰਦੇ ਨਜ਼ਰ ਆਉਂਦੇ ਨੇ ਅਤੇ ਕਿਤੇ ਰੈਲੀਆਂ ਕਰਦੇ ਨੇ, ਪਰ ਕਦੀ ਕਦੀ ਉਹ ਲੋਕਾਂ ਵਿੱਚ ਜਾ ਕੇ ਇੰਨੇ ਮਸਰੂਫ ਹੋ ਜਾਂਦੇ ਨੇ ਕਿ ਸੱਚਾਈ ਕਦੋਂ ਉਹਨਾਂ ਦੇ ਮੂੰਹੋਂ ਬਾਹਰ ਆ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ। ਦਰਅਸਲ ਆਪਣੀ ਬੋਲੀ ਅਤੇ ਭਾਸ਼ਣਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ 'ਚ ਨੇ। ਇਸ ਵਾਰ ਉਹਨਾਂ ਨੇ ਲੋਕਾਂ ਨਾਲ ਗੱਲ ਕਰਦੇ ਹੋਏ ਸਰਕਾਰ ਦੀ ਸੱਚਾਈ ਉਹਨਾਂ ਦੇ ਮੂੰਹ 'ਤੇ ਬਿਆਨ ਦਿੱਤੀ ਅਤੇ ਸਰਕਾਰ ਦੀ ਪੋਲ ਖੋਲ੍ਹ ਦਿੱਤੀ। ਬੇਬੇ ਜੀ ਸੁਣ ਲਾ, ਇਹ ਖਾਨਾ ਹੁਣ ਸੁਣ, ਜੇ ਮੁੱਖ ਮੰਤਰੀ ਚਾਹਵੇ ਵੱਡਾ ਸਕੂਲ ਬਣਾ ਸਕਦਾ ਕਿ ਨਹੀਂ ਬਣਾ ਸਕਦਾ? ਉਹ ਕਿਉਂ ਨਹੀਂ ਬਣਾਉਂਦਾ? ਜੇ ਤੁਹਾਡੇ ਜਵਾਕ ਪੜ੍ਹ ਗਏ, ਸੁਣ ਲਾ ਸਰਦਾਰ ਸਾਹਿਬ, ਜੇ ਤੁਹਾਡੇ ਜਵਾਕ ਪੜ੍ਹ ਗਏ ਨਾ, ਉਹਨਾਂ ਨੂੰ ਅਕਲ ਆ ਜੂ, ਤੇ ਜੇ ਅਕਲ ਆ ਗਈ ਫਿਰ ਸਾਨੂੰ ਵੋਟਾਂ ਨਹੀਂ ਪਾਉਣੀਆਂ। ਹਾਏ ਰੱਬਾ, ਇਹਨਾਂ ਨੂੰ ਅਕਲ ਨਾ ਆਵੇ, ਇਹ 5-7 ਪੰਨ ਤੇ ਮੁੜ ਕੇ ਪੱਠੇ ਵੱਢਣ ਲੱਗ ਪੈਣ। ਉਹੀ ਟੋਕਾ, ਉਹੀ ਮੱਝ, ਉਹੀ ਰਾਉਣਾ, ਉਹੀ ਪੁੱਤਨਾ, ਉਹੀ ਨਰੇਗਾ। ਜੇ ਤੁਹਾਡੇ ਮੁੰਡੇ ਪੜ੍ਹ ਗਏ, 20,000 ਦੀ ਨੌਕਰੀ ਲੈ ਲੂ, ਨੌਕਰੀ ਲੈ ਲੂ ਤਾਂ ਸਾਡੀ ਸਮਝ ਆ ਜੂਗੀ, ਰਾਜਾ ਤਾਂ ਮੇਰੀ ਮਾਂ ਨੂੰ ਬੇਵਕੂਫ ਬਣਾਈ ਜਾਂਦਾ, ਮੈਂ ਸਮਝਾਵਾਂ। ਤੇ ਜੇ ਬੇਬੇ ਨੂੰ ਮੁੰਡੇ ਨੇ ਸਮਝਾਤਾ ਤਾਂ ਮੈਨੂੰ ਵੋਟਾਂ ਨਹੀਂ ਪਾਉਣੀਆਂ। ਅਸੀਂ ਤਾਂ ਹੀ ਪੜ੍ਹਾਈ ਨਹੀਂ ਆਉਣ ਦਿੰਦੇ, ਬੜੀ ਦਿਮਾਗ 'ਚ। ਰਾਜੇ ਦੀ ਇਸ ਵੀਡੀਓ ਤੋਂ ਬਾਅਦ ਖੂਬ ਬਵਾਲ ਮੱਚਿਆ। ਵਿਰੋਧੀ ਧਿਰਾਂ ਵੀ ਰਾਜੇ ਦੇ ਇਸ ਵੀਡੀਓ ਨੂੰ ਉਛਾਲਣ ਲੱਗੀਆਂ, ਜਿਸ ਤੋਂ ਬਾਅਦ ਰਾਜਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣਾ ਸਪਸ਼ਟੀਕਰਨ ਵੀ ਦਿੱਤਾ। ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਰਾਜਾ ਨੇ ਆਪਣੀ ਸਫਾਈ ਵਿੱਚ ਕੀ ਕੁਝ ਕਿਹਾ। ਸੋ ਸਤਿ ਸ਼੍ਰੀ ਅਕਾਲ ਦੋਸਤੋ, ਦੁਬਾਰਾ ਫਿਰ, ਬਿਕੋਜ਼ ਨੈਟਵਰਕ ਪਿੰਡਾਂ ਦੇ ਵਿੱਚ ਨੈਟਵਰਕ ਦੀ ਪ੍ਰੋਬਲਮ ਹੈ, ਸੋ ਮਾਫੀ ਚਾਹੁੰਦੇ, ਨੈਟਵਰਕ ਟੁੱਟ ਜਾਂਦਾ। ਮੈਂ ਗੱਲ ਕਰ ਰਿਹਾ ਸੀਗਾ ਕਿ ਜਲਾਲਾਬਾਦ 'ਚ ਕਾਫੀ ਦਿਨਾਂ ਤੋਂ ਘੁੰਮ ਰਿਹਾ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ, ਔਰ ਮੈਂ ਸੋਚਦਾ ਸੀ ਬੜੀ ਤਰੱਕੀ ਕਰਾਈ ਹੋਣੀ ਹੈ ਕਿਉਂਕਿ ਲੋਕਾਂ ਨੇ ਬੜੀਆਂ ਵੋਟਾਂ ਪਾਈਆਂ ਇੱਥੋਂ ਦੇ ਲੋਕਾਂ ਨੇ। ਅਤੇ ਜਦੋਂ ਮੈਂ ਪਿੰਡਾਂ 'ਚ ਗਿਆ, ਮੈਂ ਦੇਖਿਆ ਕਿ ਜਿਹੜੇ ਸਕੂਲ ਹੈ, ਮੈਂ ਲੋਕਾਂ ਨੂੰ ਪੁੱਛਿਆ, 200 ਤੋਂ ਵੱਧ ਪਿੰਡ ਹੈ ਇੱਥੇ ਸਕੂਲ, 100 ਤੋਂ ਉੱਪਰ ਸਕੂਲ ਹੋਣਾ ਜਿਹੜਾ ਪੰਜਵੀਂ ਦਾ ਸਕੂਲ ਹੈ। ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਉਹਨੂੰ 10ਵੀਂ ਦਾ, 8ਵੀਂ ਦਾ ਉਹਨੂੰ ਵਧਾਇਆ ਨਹੀਂ। ਕੋਈ ਕਾਲਜ ਨਹੀਂ ਹੈ ਇੱਥੇ ਲੋਕਾਂ ਦੀ ਪੜ੍ਹਾਈ ਵਾਸਤੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਲੋਕਾਂ ਦੇ ਵੱਲ ਜ਼ਰਾ ਵੀ ਤਵੱਜੋ ਨਹੀਂ ਦਿੱਤੀ ਗਈ ਸੁਖਬੀਰ ਸਿੰਘ ਬਾਦਲ ਵੱਲੋਂ। ਅਤੇ ਮੇਰੀ ਉਮੀਦ ਤੋਂ, ਮਤਲਬ ਕਿ ਮੇਰੀ ਸੋਚ ਤੋਂ ਪਰੇ ਦੀ ਗੱਲ ਹੈ ਵੀ ਕਿਉਂ ਨਹੀਂ ਕੀਤਾ ਗਿਆ ਇਹ ਗੱਲ। ਔਰ ਜਦੋਂ ਮੈਂ ਇਹ ਵੀ, ਗਿੱਦੜਬਾ 'ਚ ਵੀ ਕੋਈ ਸਰਕਾਰੀ ਕਾਲਜ ਨਹੀਂ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵਗੈਰਾ, ਬਾਦਲ ਸਾਹਿਬ ਆਪ ਚੋਣ ਲੜਦੇ ਸਨ, ਫਿਰ ਹੋਰ ਵੱਡੇ ਨੇਤਾ ਲੋਕ ਚੋਣ ਲੜੇ,
ਅਸੀਂ ਇਸ ਵਾਰੀ ਸਰਕਾਰੀ ਕਾਲਜ ਮੈਂ ਉੱਥੇ ਲੈ ਕੇ ਆਇਆ ਗਿੱਦੜਬਾਹ ਚ, ਗੌਰਮੈਂਟ ਕਾਲਜ ਇਨ ਗਿੱਦੜਬਾਹ ਹੁਸਨਰ, ਜਿਹੜਾ ਕਿ ਬਣ ਰਿਹਾ ਆਲਰੇਡੀ, ਉਹਦੀ ਕੰਸਟਰਕਸ਼ਨ ਚਾਲੂ ਹੈ, ਤਾਂ ਜੋ ਲੋਕ ਪੜ੍ਹ ਸਕਣ, ਅੱਗੇ ਵੱਧ ਸਕਣ। ਔਰ ਤੁਸੀਂ ਦੇਖਿਆ ਹੋਣਾ ਕਿ ਗਿੱਦੜਬਾਹ ਦੇ ਸਕੂਲਾਂ ਦੀਆਂ ਮੈਂ ਕਈ ਵਾਰੀ ਪਿਕਚਰਸ ਪਾਉਣਾ ਤੁਹਾਨੂੰ। ਮੇਰੇ 88 ਪ੍ਰਾਇਮਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਹੈ ਟੋਟਲ, ਔਰ ਮੈਨੂੰ ਇਸ ਗੱਲ ਦਾ ਗਰਵ ਹੈ ਕਿ ਮੈਂ ਸਾਰਾ ਪੈਸਾ ਹੁਣ ਇਸ ਵਾਰੀ ਉਹਨਾਂ ਸਕੂਲਾਂ ਦੇ ਉੱਤੇ ਲਾਇਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਪੜ੍ਹ ਸਕਣ। ਨੰਬਰ 1 ਮੇਰੇ ਸਕੂਲ ਹੋਣਗੇ ਪੰਜਾਬ ਦੇ ਅੰਦਰ ਸਾਰੇ ਦੇ ਸਾਰੇ, ਜਿਹਨਾਂ ਵਿੱਚ ਇਨਫਰਾਸਟ੍ਰਕਚਰ, ਰੰਗ ਰੋਗਨ, ਟੋਇਲੈਟ, ਕਲਾਸਰੂਮਸ, ਬੈਂਚਸ, ਕੰਪਿਊਟਰ, ਉਹ ਸਭ ਕੁਛ ਉਪਲਬਧ ਕਰਾਇਆ। ਅਗਰ ਗਿੱਦੜਬਾਹ ਕਿਸੇ ਦੀ ਰਿਸ਼ਤੇਦਾਰੀ ਹੈ ਤਾਂ ਕਿਸੇ ਵੀ ਪਿੰਡ ਚੋਂ ਤੁਸੀਂ ਪੁੱਛ ਸਕਦੇ ਹੋ। ਕੋਈ ਇੱਕ ਅੱਧਾ ਸਕੂਲ ਭਾਵੇਂ ਰਹਿ ਗਿਆ ਹੋਵੇ, ਅਦਰਵਾਈਜ਼ ਅਸੀਂ 88 ਸਕੂਲ ਚੰਗੇ ਕਾਫੀ ਵਧੀਆ ਬਣਾਏ। ਤੇ ਕੱਲ ਮੈਂ ਆਪਣੇ ਭਾਸ਼ਣ ਚ ਇਹ ਗੱਲ ਕਹੀ, ਮੈਂ ਕਿਹਾ ਇੱਥੋਂ ਦੇ ਜਿਹੜੇ ਲੀਡਰ ਹੈ ਉਹ ਤੁਹਾਨੂੰ ਚਾਹੁੰਦੇ ਨਹੀਂ ਕਿ ਤੁਸੀਂ ਪੜ੍ਹ ਜਾਓ, ਇਸ ਕਰਕੇ ਉਹਨਾਂ ਨੇ 5ਵੀਂ ਤੱਕ ਦੇ ਸਕੂਲ ਰੱਖੇ ਕਿ ਅਗਰ ਬੱਚੇ ਪੜ੍ਹ ਗਏ ਤਾਂ ਉਹਨੂੰ ਸਮਝ ਆ ਗਈ ਜਾਏਗੀ, ਅਗਰ ਸਮਝ ਆ ਜਾਏਗੀ ਤਾਂ ਉਹ ਵੋਟ ਨਹੀਂ ਪਾਉਣਗੇ। ਇਹਨਾਂ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਰੱਖਿਆ, ਬਾਦਲ ਸਾਹਿਬ ਹੋਰਾਂ ਨੇ, ਉਹਨਾਂ ਦੇ ਬੇਟੇ ਨੇ। ਸੋ ਮੇਰੀ ਵੀਡੀਓ ਵਾਇਰਲ ਹੋ ਰਹੀ ਹੋਣੀ, ਤੇ ਅੱਜ ਮੈਨੂੰ ਬੜੀ ਹੈਰਾਨੀ ਹੋਈ ਕਿ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਮੇਰੀ ਵੀਡੀਓ ਤੇ ਟਿੱਪਣੀ ਕੀਤੀ ਤੇ ਕਿਹਾ ਕਿ ਰਾਜਾ ਵੜਿੰਗ ਜੋ ਮੈਂ ਕਹਿੰਦਾ ਸੀ ਉਹ ਸੱਚ ਕਿਹਾ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਮੈਨੂੰ ਕਿਰਪਾ ਕਰਕੇ ਇਹ ਦੱਸ ਦਿਓ ਵੀ ਇਸ ਵੀਡੀਓ ਚ ਕੀ ਗਲਤ ਗੱਲ ਹੈ। ਬਿਲਕੁਲ ਮੈਂ ਇਹ ਗੱਲ ਕਿਹਾ ਵੀ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਚਾਹੁੰਦਾ ਨਹੀਂ ਕਿ ਉਹਨਾਂ ਦੇ ਮੁੰਡੇ ਪੜ੍ਹ ਜਾਣ, ਉਹਨਾਂ ਨੇ ਅਪਗ੍ਰੇਡ ਨਹੀਂ ਕੀਤੇ ਸਕੂਲ, ਤੇ ਤੁਹਾਡੇ ਤੇ ਵੀ ਮੇਰਾ ਇਲਜ਼ਾਮ ਮੈਂ ਭੁੱਲ ਗਿਆ ਤੁਹਾਡੇ ਬਾਰੇ ਕਹਿਣਾ ਕਿ ਤੁਸੀਂ ਵੀ ਇੱਥੇ ਲੋਕਾਂ ਨਾਲ ਠੱਗੀ ਮਾਰ ਕੇ ਮੈਂ ਇੱਥੇ ਰਹੂੰਗਾ ਮੈਂ ਕਰੂੰਗਾ, 55,000 ਵੋਟਾਂ ਲੈ ਕੇ ਜਲਾਲਾਬਾਦ ਦੀ ਧਰਤੀ ਤੋਂ ਚਲੇ ਗਏ ਤੁਸੀਂ, ਤੇ ਲੋਕਾਂ ਨੂੰ ਮੂਰਖ ਬਣਾਇਆ। ਔਰ ਤੁਸੀਂ ਕਿਹਾ ਕਰਦੇ ਸੀ ਕਿ ਮੈਂ ਸਿਕਿਉਰਿਟੀ ਵੀ ਨਹੀਂ ਲਊਂਗਾ, ਫਲਾਂ ਨਹੀਂ ਲਊਂਗਾ, ਅੱਜ ਕੱਲ੍ਹ ਤੁਹਾਡੇ ਅੱਗੇ ਵੀ ਪੂਰੀਆਂ ਸਿਕਿਉਰਿਟੀ ਚੱਲ ਰਹੀ ਹੈ। ਸੋ ਮੇਰੀ ਗੱਲ ਤੇ ਮੇਰੀ ਤੇ ਤੁਸੀਂ ਟਿੱਪਣੀ ਕਰਦੇ ਹੋ, ਤੁਸੀਂ ਬੜੇ ਸਤਿਕਾਰਯੋਗ ਹੋ, ਮੈਂਬਰ ਆਫ ਪਾਰਲੀਮੈਂਟ ਹੋ, ਸਾਡੇ ਭਰਾ ਹੋ, ਪਰ ਤੁਹਾਨੂੰ ਦੇਖਣਾ ਚਾਹੀਦਾ ਵੀ ਮੈਂ ਕਿਸ ਗੱਲ ਤੇ ਟਿੱਪਣੀ ਕਰ ਰਿਹਾ। ਬਿਲਕੁਲ ਮੈਂ ਅੱਜ ਇਹ ਗੱਲ, ਵੱਡੇ ਲੀਡਰ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾਂ ਕੇ, ਅਜੇ ਕੁਝ ਦਿਨ ਪਹਿਲਾਂ ਹੀ ਰਾਜਾ ਵੜਿੰਗ ਨੂੰ ਕੈਪਟਨ ਸਾਹਿਬ ਨੇ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ ਤੇ ਭਾਸ਼ਣਾਂ 'ਚ ਸਰਕਾਰ ਦੀਆਂ ਪੋਲਾਂ ਖੋਲਦੇ ਦਿਖਾਈ ਦੇ ਰਹੇ ਨੇ। ਰਾਜਾ ਵੜਿੰਗ ਦਾ ਹਰੇਕ ਬਿਆਨ ਵਿਵਾਦ ਬਣ ਜਾਂਦਾ ਜੋ ਕੈਪਟਨ ਨੂੰ ਨੇਕ ਸਲਾਹ ਦਿੰਦਾ ਹੈ ਤੇ ਉਸ ਦੇ ਬਿਆਨ ਆਪਣੇ 'ਤੇ ਹੀ ਭਾਰੀ ਪੈ ਜਾਂਦੇ ਨੇ। ਹਾਲਾਂਕਿ ਇਸ ਵੀਡੀਓ ਤੋਂ ਬਾਅਦ ਰਾਜਾ ਨੇ ਆਪਣੀ ਸਫਾਈ ਪੇਸ਼ ਕੀਤੀ ਹੈ, ਪਰ ਬਿਆਨਬਾਜ਼ੀ ਵੇਲੇ ਰਾਜਾ ਸ਼ਾਇਦ ਇਹ ਭੁੱਲ ਗਏ ਕਿ ਪੰਜਾਬ ਦੀ ਸੱਤਾ 'ਤੇ ਕਾਂਗਰਸ ਦੀ ਸਰਕਾਰ ਹੀ ਕਾਬਜ਼ ਹੈ, ਨਾ ਕਿ ਅਕਾਲੀ ਦਲ ਦੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।